ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦਿੱਪੀ ਹੋਮ ਬਲੌਗ ਚੈਨਲ 'ਤੇ। ਅੱਜ ਆਪਾਂ ਬਣਾਵਾਂਗੇ ਅੰਬ ਦਾ ਅਚਾਰ। ਅਚਾਰ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣਾ ਦੱਸਾਂਗੇ। ਵੀਡੀਓ ਨੂੰ ਤੁਸੀਂ ਧਿਆਨ ਨਾਲ ਵੇਖਿਓ। ਆਪਾਂ 5 ਕਿਲੋ ਅੰਬ ਦਾ ਅਚਾਰ ਪਾਵਾਂਗੇ। ਅੰਬੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ, ਧੋ ਕੇ ਇੱਕ ਆਪਾਂ ਕੱਟ ਲਿਆ ਇਹਨਾਂ ਨੂੰ, ਅਤੇ ਆਹ ਥੋੜ੍ਹੀਆਂ ਜਿਹੀਆਂ ਪੱਕੀਆਂ ਅੰਬੀਆਂ, ਇਹਨਾਂ ਨੂੰ ਆਪਾਂ ਪਾਸੇ ਕੱਢ ਲਿਆ। ਇਹਨਾਂ ਦਾ ਆਪਾਂ ਅਲੱਗ ਬਰਤਨ 'ਚ ਅਚਾਰ ਪਾ ਦਾਂਗੇ। 5-6 ਘੰਟੇ ਆਪਾਂ ਧੁੱਪ ਲਵਾ ਲਈ ਸੀ, ਧੁੱਪ ਥੋੜ੍ਹੀ ਥੋੜ੍ਹੀ ਨਿਕਲੀ ਸੀ, ਅਤੇ ਥੋੜ੍ਹਾ ਕੁ ਚਿਰ ਆਪਾਂ ਪੱਖੇ ਥੱਲੇ ਰੱਖ ਕੇ ਇਹਨਾਂ ਨੂੰ ਥੋੜ੍ਹੀ ਜਿਹੀ ਹਵਾ ਲਵਾ ਲਈ ਹੈ। ਅਤੇ ਹੁਣ ਆਪਾਂ ਮਸਾਲੇ ਤਿਆਰ ਕਰਦੇ ਹਾਂ। 5 ਕਿਲੋ ਅਚਾਰ ਵਾਸਤੇ ਆਪਾਂ ਲਿੱਤੀ 100 ਗ੍ਰਾਮ ਸੌਂਫ। ਸੌਂਫ ਨੂੰ ਆਪਾਂ ਚੰਗੀ ਤਰ੍ਹਾਂ ਚੁਗ ਲਿਆ ਸੀ ਵਿੱਚੋਂ, ਕਿਉਂਕਿ ਧੁੱਪਾਂ ਨਹੀਂ ਨਿਕਲਦੀਆਂ, ਇਸ ਕਰਕੇ ਇਹਨਾਂ ਦੀ ਸਲਾਬ ਕੱਢਣ ਨੂੰ ਆਪਾਂ ਥੋੜ੍ਹਾ ਥੋੜ੍ਹਾ ਸੇਕ ਲਵਾ ਲਾਂਗੇ। ਜੇ ਤੁਹਾਡੇ ਤਿੱਖੀ ਧੁੱਪ ਨਿਕਲਦੀ ਹੈ, ਵੈਸੇ ਤਾਂ ਇਸ ਮਹੀਨੇ 'ਚ ਤਿੱਖੀਆਂ ਧੁੱਪਾਂ ਨਿਕਲਦੀਆਂ ਨਹੀਂ ਇੰਨੀਆਂ, ਕਿਉਂਕਿ ਮੀਂਹ ਦਾ ਪਤਾ ਨਹੀਂ ਹੁੰਦਾ ਕਦੋਂ ਆ ਜਾਂਦਾ ਇੱਕੋ ਦਮ ਹੀ, ਅਤੇ ਤੁਸੀਂ ਇਸ ਤਰੀਕੇ ਸੇਕ ਲਵਾ ਲਿਓ ਥੋੜ੍ਹਾ ਥੋੜ੍ਹਾ। ਆਪਾਂ ਇਹਨਾਂ ਦਾ ਰੰਗ ਨਹੀਂ ਵਟਾਉਣਾ, ਸਿਰਫ ਥੋੜ੍ਹਾ ਜਿਹਾ ਗਰਮ ਹੀ ਕਰਨਾ ਇਹਨਾਂ ਨੂੰ। 100 ਗ੍ਰਾਮ ਲਿੱਤੇ ਆਪਾਂ ਸੌਂਫ, 100 ਗ੍ਰਾਮ ਮੇਥੇ, ਅਤੇ 100 ਗ੍ਰਾਮ ਹੀ ਲਿੱਤੇ ਆਪਾਂ ਕਲੌਂਜੀ। ਅਤੇ ਆਪਾਂ ਇਹਨਾਂ ਨੂੰ ਅਲੱਗ ਬਰਤਨ 'ਚ ਕੱਢੀ ਜਾਵਾਂਗੇ। ਸੇਕ ਲਵਾਉਣ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਧਿਆਨ ਨਾਲ ਵੇਖ ਲਾਂਗੇ, ਵਿੱਚੇ ਕਈ ਵਾਰ ਕੁਛ ਹੋਰ ਦਾਲ ਦੂਲ ਜਾਂ ਕੁਛ ਹੋਰ ਮਿਕਸ ਹੁੰਦਾ, ਆਪਾਂ ਕੱਢ ਲਾਂਗੇ। ਅਤੇ 50 ਗ੍ਰਾਮ ਲਿੱਤੀਆਂ ਆਪਾਂ ਸਾਬਤ ਕਾਲੀਆਂ ਮਿਰਚਾਂ, ਅਤੇ ਇਹਨਾਂ ਨੂੰ ਵੀ ਮਾੜਾ ਜਿਹਾ ਸੇਕ ਲਵਾ ਲਾਂਗੇ। ਸਾਰੇ ਮਸਾਲਿਆਂ ਨੂੰ ਆਪਾਂ ਖੁੱਲ੍ਹੇ ਬਰਤਨ 'ਚ ਪਾ ਕੇ ਠੰਡਾ ਹੋਣ ਦੇਵਾਂਗੇ, ਅਤੇ ਜਦੋਂ ਇਹ ਠੰਡੇ ਹੋ ਗਏ ਤਾਂ ਆਪਾਂ ਇਹਨਾਂ ਨੂੰ ਮਿਕਸੀ ਗ੍ਰੈਂਡਰ 'ਚ ਅੱਡ ਰਗੜਿਆ ਜਿਹਾ ਕਰ ਲਾਂਗੇ, 2 ਗੇੜੇ ਦੇ ਲਾਂਗੇ ਮਿਕਸੀ ਗ੍ਰੈਂਡਰ 'ਚ। ਜ਼ਿਆਦਾ ਬਰੀਕ ਵੀ ਨਹੀਂ ਕਰਨਾ ਆਪਾਂ ਇਹਨਾਂ ਨੂੰ। ਜੇ ਤੁਸੀਂ ਸਾਬਤ ਮਸਾਲੇ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਗ੍ਰਾਇੰਡ ਕੀਤੇ ਤੋਂ ਬਿਨਾਂ ਵੀ ਪਾ ਸਕਦੇ ਹੋ, ਪਰ ਆਪਾਂ ਅੱਧ ਰਗੜਿਆ ਜਿਹਾ ਕਰ ਲਾਂਗੇ ਇਹਨਾਂ ਨੂੰ। ਕਈ ਵਾਰ ਬੱਚੇ ਖਾਣ ਲੱਗਿਆ ਨਖਰੇ ਕਰਦੇ ਆ ਜਦੋਂ ਮੂੰਹ 'ਚ ਮੇਥੇ ਦਾਣੇ ਜਾਂ ਸੌਂਫ ਵਗੈਰਾ ਆਉਂਦੀ ਹੈ। ਅਤੇ ਹੁਣ ਆਪਾਂ ਪਰਾਤ ਦੇ ਵਿੱਚ ਆਪਾਂ ਸਾਰਾ ਮਸਾਲਾ ਪਾ ਦਾਂਗੇ। ਜੇ ਤੁਹਾਡੇ ਕੋਲ ਵੱਡਾ ਬਰਤਨ ਹੈ ਤਾਂ ਇੱਕੋ ਵਾਰ ਸਾਰਾ ਮਸਾਲਾ ਪਾ ਕੇ, ਇੱਕੋ ਵਾਰ ਅੰਬੀਆਂ ਪਾ ਕੇ ਇਹਨੂੰ ਬਣਾ ਸਕਦੇ ਹੋ। ਆਪਣੇ ਕੋਲ ਥੋੜ੍ਹਾ ਜਿਹਾ ਬਰਤਨ ਛੋਟਾ ਹੈ, ਵੱਡਾ ਮੈਂ ਕੱਢਿਆ ਨੀਗਾ। ਇੱਕ ਕੜਛੀ ਦੇ ਨੇੜ ਆਪਾਂ ਪਾਵਾਂਗੇ ਥੋੜ੍ਹੀ ਜਿਹੀ ਉੱਪਰ ਇੱਕ ਕੜਛੀ ਤੋਂ ਹਲਦੀ ਪਾ ਦਾਂਗੇ। ਹਲਦੀ ਆਪਾਂ ਘੱਟ ਹੀ ਪਾਣੀ ਹੈ। ਅਤੇ ਇੱਕ ਕੜਛੀ ਪਾਵਾਂਗੇ ਆਪਾਂ ਲਾਲ ਮਿਰਚਾਂ ਦੀ, ਅਤੇ ਅੱਧਾ ਕੁ ਪੈਕਟ ਆਪਾਂ ਪਾਵਾਂਗੇ ਲੂਣ ਦਾ। ਲੂਣ ਆਪਾਂ ਜੇ ਆਪਾਂ ਨੂੰ ਘੱਟ ਲੱਗਿਆ ਆਪਾਂ ਬਾਅਦ 'ਚ ਪਾ ਦਾਂਗੇ। ਇਹ ਮੇਰੇ ਕੋਲ ਡੱਬੇ 'ਚ ਪਿਆ, ਪਹਿਲਾਂ ਆਪਾਂ ਇਹੀ ਪਾ ਦਿੰਦੇ ਹਾਂ। ਲੂਣ ਅਤੇ ਤੇਲ ਆਪਾਂ ਬਾਅਦ 'ਚ ਜਦੋਂ ਪੂਰਾ ਅਚਾਰ ਪੈ ਜੂਗਾ ਆਪਾਂ ਬਾਅਦ 'ਚ ਵੀ ਪਾ ਕੇ ਇਹਨੂੰ ਹਿਲਾਉਂਦੇ ਰਹਾਂਗੇ, ਨਾਲ ਧੁੱਪੇ ਰੱਖ ਦਾਂਗੇ। ਅਤੇ ਹੁਣ ਥੋੜ੍ਹਾ ਜਿਹਾ ਤੇਲ ਪਾ ਕੇ ਇਹਨੂੰ ਸੁੱਕ ਬਰੂਰਾ ਜਿਹਾ ਕਰ ਲਾਂਗੇ ਮਸਾਲੇ ਨੂੰ, ਅਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੇਲ ਆਪਾਂ ਉਨਾ ਕੀ ਪਾਉਣਾ ਕਿ ਆਪਣਾ ਜਿਹੜਾ ਇਹ ਮਸਾਲਾ ਅੰਬੀਆਂ ਦੇ ਨਾਲ ਚੰਗੀ ਤਰ੍ਹਾਂ ਲੱਗ ਜਾਏ। ਇਹਦੇ ਵਿੱਚ ਆਪਾਂ ਕੱਚਾ ਤੇਲ ਹੀ ਪਾਉਣਾ, ਗਰਮ ਕਰਕੇ ਨਹੀਂ ਪਾਉਣਾ, ਤਾਂ ਹੀ ਸਵਾਦ ਦਾ ਟੇਸਟ ਵਧੀਆ ਆਉਂਦਾ ਅੰਬ ਦੇ ਅਚਾਰ ਦਾ। ਅਤੇ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਅੰਬੀਆਂ।
ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲਾਂਗੇ ਹੱਥਾਂ ਦੇ ਨਾਲ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ, ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਿਓ। ਧੋ ਕੇ ਚੰਗੀ ਤਰ੍ਹਾਂ ਸਾਫ਼ ਕੱਪੜੇ ਨਾਲ ਪੂੰਝ ਕੇ ਫਿਰ ਅਚਾਰ ਪਾਇਓ। ਅਤੇ ਬਰਤਨ ਵੀ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਜਿਹਦੇ 'ਚ ਤੁਸੀਂ ਅਚਾਰ ਪਾਉਣਾ। ਆ ਵੇਖੋ ਆਪਣਾ ਸਾਰਾ ਅੰਬੀਆਂ ਨੂੰ ਮਸਾਲਾ ਲੱਗ ਗਿਆ। ਅਤੇ ਹੁਣ ਆਪਾਂ ਉੱਤੋਂ ਅੰਬੀਆਂ ਚੁੱਕ ਕੇ ਡੱਬੇ 'ਚ ਪਾ ਦਾਂਗੇ। ਜੇ ਥੋੜ੍ਹਾ ਬਹੁਤਾ ਤਾਂ ਮਸਾਲਾ ਨਾਲ ਚਲਿਆ ਹੀ ਜਾਂਦਾ, ਜੇ ਆਪਾਂ ਸਾਰੇ ਮਸਾਲੇ ਸਣੇ ਉਵੇਂ ਪਾ ਦਾਂਗੇ ਫਿਰ ਮਸਾਲਾ ਥੱਲੇ ਬਹਿ ਜਾਂਦਾ ਅਤੇ ਅੰਬੀਆਂ ਉੱਤੇ ਰਹਿ ਜਾਂਦੀਆਂ। ਇਸ ਤਰੀਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੀਆਂ ਅੰਬੀਆਂ 'ਤੇ ਮਸਾਲਾ ਲਾ ਕੇ ਆਪਾਂ ਅੰਬੀਆਂ ਚੁੱਕ ਕੇ ਡੱਬੇ 'ਚ ਪਾਈ ਜਾਵਾਂਗੇ। ਅਤੇ ਹੁਣ ਇਹਦੇ 'ਚ ਆਪਾਂ ਹੋਰ ਅੰਬੀਆਂ ਪਾ ਦਿੰਦੇ ਹਾਂ। ਅਤੇ ਇਹਨੂੰ ਵੀ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਇੱਕ ਇੱਕ ਫਾੜੀ ਦੇ ਉੱਤੇ, ਜਿੰਨਾ ਚਿਰ ਮਸਾਲਾ ਲੱਗਦਾ ਨਹੀਂ ਉਨਾ ਚਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਵਾਂਗੇ। ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਜੇ ਆਪਾਂ ਕਰਨ ਲੱਗੀਏ ਤਾਂ। ਆ ਵੇਖੋ ਇਸ ਤਰੀਕੇ ਸਾਰੀਆਂ ਅੰਬੀਆਂ ਦੇ ਉੱਤੇ ਮਸਾਲਾ ਆਪਣਾ ਲੱਗ ਗਿਆ। ਅਤੇ ਹੁਣ ਅੰਬੀਆਂ ਨੂੰ ਚੁੱਕ ਕੇ ਆਪਾਂ ਡੱਬੇ 'ਚ ਪਾਈ ਜਾਵਾਂਗੇ। ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਅੰਬ ਦਾ ਅਚਾਰ ਪਾਉਣਾ ਹੋਵੇ ਲੋਹੇ ਦੇ ਭਾਂਡੇ 'ਚ ਜਾਂ ਪਿੱਤਲ ਦੇ ਭਾਂਡੇ 'ਚ ਨਾ ਅੰਬੀਆਂ ਨੂੰ ਪਾਇਓ। ਜਿਵੇਂ ਮੈਂ ਸਟੀਲ ਦੀ ਪਰਾਤ ਲਿੱਤੀ ਹੈ, ਤੁਸੀਂ ਇਸੇ ਤਰੀਕੇ ਕੋਈ ਪਰਾਤ ਸਟੀਲ ਦੀ ਜਾਂ ਕੋਈ ਬਾਲਟੀ ਵਗੈਰਾ ਲੈ ਕੇ ਉਹਦੇ 'ਚ ਮਿਕਸ ਕਰਿਓ। ਅਤੇ ਜਿਹੜੀਆਂ ਬਾਕੀ ਬਚੀਆਂ ਅੰਬੀਆਂ ਸੀ ਉਹ ਵੀ ਆਪਾਂ ਪਾ ਲਈਆਂ। ਅਤੇ ਆ ਵੇਖੋ ਸਾਰੀਆਂ ਅੰਬੀਆਂ ਦੇ ਉੱਤੇ ਆਪਣਾ ਚੰਗੀ ਤਰ੍ਹਾਂ ਮਸਾਲਾ ਲੱਗ ਗਿਆ। ਅਤੇ ਹੁਣ ਆਪਾਂ ਮਸਾਲਾ ਆਪਣੀਆਂ ਸਾਰੀਆਂ ਅੰਬੀਆਂ ਦੇ ਉੱਤੇ ਰਚ ਗਿਆ। ਅਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਡੱਬੇ ਦੇ ਵਿੱਚ। ਵੇਖੋ ਹੁਣ ਆਪਣਾ ਮਸਾਲਾ ਵੀ ਸਾਰਾ ਅੰਬੀਆਂ 'ਚ ਲੱਗ ਗਿਆ, ਵਾਧੂ ਵੀ ਨਹੀਂ ਬਚਿਆ। ਅਤੇ ਇਕੱਲਾ ਮਸਾਲਾ ਆਪਣਾ ਥੱਲੇ ਵੀ ਨਹੀਂ ਰਿਹਾ, ਵੇਖੋ ਡੱਬੇ 'ਚ ਪਾਤਾ ਆਪਾਂ, ਡੱਬਾ ਆਪਣਾ ਭਰ ਗਿਆ। 5 ਕਿਲੋ ਤੋਂ ਥੋੜ੍ਹੀਆਂ ਜਿਹੀਆਂ ਘੱਟ ਹੀ ਹੈ, ਕਿਉਂਕਿ ਆਪਾਂ ਜਿਹੜੀਆਂ ਦੂਜੀਆਂ ਅੰਬੀਆਂ ਉਹ ਅਲੱਗ ਬਰਤਨ 'ਚ ਪਾ ਦਾਂਗੇ, ਉਹ ਵੀ ਆਪਾਂ ਇਸੇ ਤਰੀਕੇ ਪਾਵਾਂਗੇ ਪੱਕੀਆਂ ਹੋਈਆਂ। ਅਤੇ ਤੁਹਾਨੂੰ ਇਹ ਅੰਬ ਦੇ ਅਚਾਰ ਪਾਉਣ ਦਾ ਤਰੀਕਾ ਕਿੱਦਾਂ ਲੱਗਿਆ, ਜੇ ਤੁਹਾਨੂੰ ਸਮਝ ਲੱਗੀ ਹੈ ਤਾਂ ਇਹਨੂੰ ਇੱਕ ਵਾਰ ਟਰਾਈ ਜ਼ਰੂਰ ਕਰਿਓ। ਬਹੁਤ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਅਚਾਰ ਪਾਉਣਾ ਦੱਸਿਆ। ਅਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ।